Dossy Dick Duo SSV Entertainment Toda Apna Channel ਲੋ ਜੀ ਦੋਸਤੋ ਅੱਜ ਫੇਰ ਆਪਾਂ ਰਤੋਵਾਲ ਪਿੰਡ ਜੀ ਆ ਗਏ ਆ ਜਾਨੀ ਰਤੋਵਾਲ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਚੌਥਾ ਭਾਗ ਲੈ ਕੇ ਤੇ ਜੇ ਹਲੇ ਤੁਸੀਂ ਰਤੋਵਾਲ ਪਿੰਡ ਦੇ ਪਹਿਲੇ ਤਿੰਨ ਭਾਗ ਨਹੀਂ ਦੇਖੇ ਤਾਂ ਕਿਰਪਾ ਕਰਕੇ ਪਹਿਲਾਂ ਉਹ ਦੇਖ ਲਓ ਫਿਰ ਤੁਹਾਨੂੰ ਚੌਥਾ ਭਾਗ ਦੇਖਣ ਦਾ ਫਾਇਦਾ ਤੇ ਅੱਜ ਦੇ ਪ੍ਰੋਗਰਾਮ ਚ ਆਪਾਂ ਪਿੰਡ ਦੀਆਂ ਕੁਝ ਹੋਰ ਜਾਣਕਾਰੀਆਂ ਦੇ ਨਾਲ-ਨਾਲ ਤੁਹਾਡੇ ਕੁਝ ਕਮੈਂਟਾਂ ਦਾ ਵੀ ਜਵਾਬ ਦੇਵਾਂਗੇ ਤੇ ਅਖੀਰ ਚ ਤੁਹਾਡਾ ਸਾਰਿਆਂ ਦਾ ਹੀ ਨਾਮ ਵੀ ਦੱਸਾਂਗੇ ਜਿਨ੍ਹਾਂ ਨੇ ਸਾਨੂੰ ਰਤੋਵਾਲ ਪਿੰਡ ਦੇ ਪ੍ਰੋਗਰਾਮਾਂ ਤੇ ਕਮੈਂਟ ਕਰਕੇ ਬਹੁਤ ਸ਼ਾਬਾਸ਼ੀ ਦਿੱਤੀ ਆ ਚਲੋ ਫਿਰ ਦੋਸਤੋ ਸ਼ੁਰੂ ਕਰਦੇ ਆਂ ਪਿੰਡ ਰਤੋਵਾਲ ਦਾ ਭਾਗ ਚੌਥਾ ਦੋਸਤੋ ਆਹ ਫੋਟੋ ਰਤੋਵਾਲ ਪਿੰਡ ਦੇ ਸਰਦਾਰ ਗਰਵ ਬਖ ਸਿੰਘ ਜੀ ਦੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਸਰਦਾਰ ਰੋਡਾ ਸਿੰਘ ਜੀ ਦੋਸਤੋ ਸਰਦਾਰ ਗੁਰਬਖਸ਼ ਸਿੰਘ ਜੀ ਨੇ ਭਾਈ ਫੇਰੂ ਮੋਰਚੇ ਜੀ ਸਾਲ ਲਿਆ ਸੀ ਤੇ ਪੰਜਾਬ ਲਈ 6 ਮਹੀਨੇ ਦੀ ਜੇਲ੍ਹ ਵੀ ਕੱਟੀ ਸੀ ਸਾਡਾ ਵੀ ਸਲਾਮ ਆ ਸਾਡੇ ਇਹੋ ਜਿਹੇ ਜਿਹਾਰੂ ਬਜ਼ੁਰਗਾਂ ਨੂੰ ਫਿਰ ਰਤੋਵਾਲ ਪਿੰਡ ਦੇ ਇੱਕ ਨੰਬਰਦਾਰ ਸਰਦਾਰ ਸੁਖਵੀਰ ਸਿੰਘ ਚਾਲਵੀ ਨੇ ਤੇ ਪਿੰਡ ਦੇ ਅੰਗਨਵਾੜੀ ਸੈਂਟਰ ਚ ਅੰਗਨਵਾੜੀ ਵਰਕਰ ਨੇ ਬੀਬੀ ਸਤਵੰਤ ਕੌਰ ਜੀ ਬੀਬੀ ਕੁਲਵਿੰਦਰ ਕੌਰ ਜੀ ਬੀਬੀ ਅਮਰਜੀਤ ਕੌਰ ਜੀ ਤੇ ਬੀਬੀ ਕੁਲਦੀਪ ਕੌਰ ਜੀ ਤੇ ਪਿੰਡ ਰਤੋਵਾਲ ਦੇ ਸਾਬਕਾ ਸਰਪੰਚ ਸਰਦਾਰ ਗਰਵਚਨ ਸਿੰਘ ਢਾਲੀਵਾਲ ਜੀ ਦਾ ਤੇ ਸਾਵਕਾ ਸਰਪੰਚ ਬੀਬੀ ਦਲਵੀਰ ਕੌਰ ਕਲੇਰ ਜੀ ਦਾ ਨਾਮ ਪਹਿਲੇ ਪ੍ਰੋਗਰਾਮਾਂ 'ਚ ਰਹਿ ਗਿਆ ਸੀ ਇਹਨਾਂ ਨੇ ਵੀ ਆਪਣੀ ਸਰਪੰਚੀ ਮੌਕੇ ਪਿੰਡ ਦੇ ਬਹੁਤ ਕੰਮ ਕੀਤੇ ਆ ਜਿੰਨਾ ਕਰਕੇ ਅੱਜ ਵੀ ਇਹਨਾਂ ਦਾ ਪਿੰਡ 'ਚ ਬਹੁਤ ਸਤਿਕਾਰ ਆ ਫਿਰ ਦੋਸਤੋ ਰਤੋਵਾਲ ਪਿੰਡ ਦੇ ਸਰਦਾਰ ਮਕੰਨ ਸਿੰਘ ਢਾਲੀਵਾਲ ਜੀ ਫੁੱਟਬਾਲ ਦੇ ਕੋਚ ਨੇ ਇਹਨਾਂ ਨੇ ਵੀ ਕਈ ਗੱਬਰੂਆਂ ਨੂੰ ਫੁੱਟਬਾਲ ਵਰਗੀ ਫਰਤੀਲੀ ਖੇਡ ਦੇ ਗੁਰ ਸਿਖਾਏ ਨੇ ਤੇ ਇਹਨਾਂ ਦਾ ਹਲੇ ਵੀ ਪਿੰਡ 'ਚ ਬਹੁਤ ਸਤਿਕਾਰ ਆ ਕੋਚ ਤੋਂ ਜ਼ਿਆਦਾ ਆਇਆ ਇਸ ਪਿੰਡ ਦੇ ਸਰਦਾਰ ਗੁਰਮੀਤ ਸਿੰਘ ਢਾਲੀਵਾਲ ਜੀ ਉਹ ਨੈਸ਼ਨਲ ਹਾਕੀ ਦੇ ਕੋਚ ਰਹੇ ਨੇ ਇੰਨਾ ਹੀ ਨਹੀਂ ਕੈਪਟਨ ਸਰਦਾਰ ਸੁਖਦੀਪ ਸਿੰਘ ਢਾਲੀਵਾਲ ਜੀ ਨੈਸ਼ਨਲ ਹਾਕੀ ਖਿਡਾਰੀ ਰਹੇ ਨੇ ਇਹ ਸਰਦਾਰ ਗਰਮੀਤ ਸਿੰਘ ਜੀ ਕੋ ਸਾਬ ਦੇ ਭਤੀਜੇ ਨੇ ਜਣੀ ਇਹ ਚਾਚੇ ਭਤੀਜੇ ਨੇ ਦੋਵੇਂ ਇਹਨਾਂ ਨੇ ਆਪਦੇ ਪਿੰਡ ਦਾ ਤੇ ਸਾਡੇ ਦੇਸ਼ ਦਾ ਨਾਮ ਬਹੁਤ ਰੋਸ਼ਨ ਕੀਤਾ ਇਹਦੇ ਲਈ ਅਸੀਂ ਇਹਨਾਂ ਨੂੰ ਵੀ ਸਲਾਮ ਕਰਦੇ ਆ ਫਿਰ ਦੋਸਤੋ ਰਤੋਵਾਲ ਪਿੰਡ ਚ ਹਰਲੀਨ ਡਿਜੀਟਲ ਸਟੂਡੀਓ ਵੀ ਆ ਇਹ ਸਟੂਡੀਓ ਦੇ ਕੰਮ ਦੀ ਤਾਰੀਫ ਕੱਲੇ ਪਿੰਡ ਰਤੋਵਾਲ ਚ ਨਹੀਂ ਸਗੋਂ ਹੋਰ ਨੇੜੇ ਦੇੜੇ ਪਿੰਡਾਂ ਚ ਵੀ ਆ ਕਹਿੰਦੇ ਇਹ ਪ੍ਰੀ ਵੈਡਿੰਗ ਸ਼ੂਟ ਡੀਐਸਐਲਆਰ ਵੀਡੀਓ ਡਿਜੀਟਲ ਫੋਟੋਗ੍ਰਾਫੀ ਤੇ ਮੈਕਸਿੰਗ ਦੇ ਬਹੁਤ ਮਾਰ ਨੇ ਤੇ ਤੁਸੀਂ ਆਪਦੇ ਹਰੇਕ ਖੁਸ਼ੀ ਦੇ ਮੌਕੇ ਤੇ ਹਰਲੀਨ ਡਿਜੀਟਲ ਸਟੂਡੀਓ ਵਾਲੇ ਬਾਈ ਲਖਵੀਰ ਸਿੰਘ ਲੱਖਾ ਧਾਲੀਵਾਲ ਜੀ ਨੂੰ ਆ ਨੰਬਰ ਤੇ ਫੋਨ ਕਰਕੇ ਬੁੱਕ ਕਰ ਸਕਦੇ ਹੋ ਬੜੀਆ ਸਿਆਣੇ ਬੰਦੇ ਨੇ ਇਹ ਵੀਰ ਅਸਲ 'ਚ ਮੇਰਾ ਆਪਦਾ ਮਨ ਨਾ ਕਿ ਸਾਡੇ ਵਿਆਹ ਸ਼ਾਦੀਆਂ ਦੇ ਮੌਕੇ ਤੇ ਜਦੋਂ ਘਰ ਪਰਿਵਾਰ ਦੇ ਤੇ ਰਿਸ਼ਤੇਦਾਰਾਂ ਦੇ ਬੱਚੇ ਇਕੱਠੇ ਹੋਏ ਹੁੰਦੇ ਆ ਉਦੋਂ ਸਾਨੂੰ ਵੀਡੀਓ ਬਣਾਉਣ ਵਾਲਾ ਕੋਈ ਲਖਵੀਰ ਸਿੰਘ ਲਖੇ ਢਾਲੀ ਵਾਲ ਵਰਗਾ ਸਿਆਣਾ ਬੰਦਾ ਹੀ ਸਦਣਾ ਚਾਹੀਦਾ ਜਿਹੜਾ ਐਂ ਲੱਗੇ ਕਿ ਆਪਦਾ ਪਰਿਵਾਰਕ ਮੈਂਬਰ ਹੀ ਆ ਫੇਰ ਅਸੀਂ ਬੇਫਿਕਰ ਹੋ ਕੇ ਆਪਦੀਆਂ ਖੁਸ਼ੀਆਂ ਦਾ ਆਨੰਦ ਮਾਣ ਸਕਦੇ ਆ ਚਲੋ ਹੁਣ ਆਪਾਂ ਅੱਗੇ ਚੱਲਦੇ ਆਂ ਦੋਸਤੋ ਤੁਹਾਨੂੰ ਯਾਦ ਹੋਣਾ ਕਿ ਪਿੰਡ ਦੇ ਸਿਆਣੇ ਬੰਦੇ ਰਤੋਵਾਲ ਪਿੰਡ ਦੇ ਕਾਰਗਲ ਦੀ ਲੜਾਈ 'ਚ ਜ਼ਖਮੀ ਹੋਏ ਕੈਪਟਨ ਸਾਹਿਬ ਦਾ ਨਾਮ ਸਰਜੀਤ ਸਿੰਘ ਦੱਸ ਰਹੇ ਸੀ ਤੇ ਸਾਡਾ ਪ੍ਰੋਗਰਾਮ ਦੇਖ ਕੇ ਮਹਿਕਦੀਪ ਜੀ ਨੇ ਕਮੈਂਟ ਕੀਤਾ ਉਹ ਕਹਿੰਦੇ ਉਹਨਾਂ ਦਾ ਨਾਮ ਸਰਜੀਤ ਸਿੰਘ ਨਹੀਂ ਆ ਉਹਨਾਂ ਦਾ ਨਾਮ ਕੈਪਟਨ ਸੁਖਦੀਪ ਸਿੰਘ ਆ ਫਿਰ ਮਹਿਕਦੀਪ ਦੀ ਆਈਡੀ ਤੋਂ ਇੱਕ ਹੋਰ ਕਮੈਂਟ ਆਇਆ ਉਹ ਕਹਿੰਦੇ ਜੀ ਮੇਰਾ ਨਾਮ ਕੈਪਟਨ ਸੁਖਦੀਪ ਸਿੰਘ ਆ ਸਰਜੀਤ ਸਿੰਘ ਨਹੀਂ ਆ ਜਾਨੀ ਕੈਪਟਨ ਸਾਹਿਬ ਨੇ ਆਪ ਕਮੈਂਟ ਕਰਕੇ ਇਸ ਗਲਤ ਤੇ ਮੋਹਰ ਲਾ ਦਿੱਤੀ ਕਿ ਉਹਨਾਂ ਦਾ ਨਾਮ ਗਲਤ ਬੋਲਿਆ ਗਿਆ ਧੰਨਵਾਦ ਮਹਿਕਦੀਪ ਜੀ ਤੇ ਕੈਪਟਨ ਸਰਦਾਰ ਸੁਖਦੀਪ ਸਿੰਘ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਆ ਕਿਉਂਕਿ ਬਜ਼ੁਰਗ ਕਈ ਵਾਰ ਸੁਖਦੀਪ ਨੂੰ ਸਰਜੀਤ ਕਹਿ ਦਿੰਦੇ ਆ ਕਿਉਂਕਿ ਪਿੰਡ ਜਾਂਦੇ ਛੋਟੇ ਨਾਵਾਂ ਨਾਲ ਹੀ ਜਾਣੇ ਜਾਂਦੇ ਆਪਾਂ ਇਸੇ ਕਰਕੇ ਵੱਡੇ ਨਾਵਾਂ ਦਾ ਬਹੁਤਾ ਪਤਾ ਨਹੀਂ ਹੁੰਦਾ ਪਰ ਮੈਂ ਇਹ ਗੱਲ ਸਫਾਈ ਲਈ ਨਹੀਂ ਕਹਿ ਰਿਹਾ ਸਿਰਫ ਇਸ ਕਰਕੇ ਹੀ ਦੱਸ ਰਿਹਾ ਕਿ ਪਿੰਡ ਦੇ ਬਜ਼ੁਰਗਾਂ ਨੂੰ ਤੁਹਾਡੀ ਕੁਰਬਾਨੀ ਯਾਦ ਆ ਤੇ ਤੁਹਾਡੇ ਤੇ ਮਾਣ ਵੀ ਆ ਇਸੇ ਕਰਕੇ ਉਹਨਾਂ ਨੇ ਤੁਹਾਡਾ ਨਾਂ ਲਿਆ ਪਰ ਤੁਹਾਡਾ ਨਾਂ ਗਲਤ ਬੋਲਿਆ ਗਿਆ ਇਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੇ ਸਾਡੀ ਪੂਰੀ ਟੀਮ ਤੇ ਪਿੰਡ ਦੇ ਸਾਰੇ ਸੱਜਣ ਤੁਹਾਡੇ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਜਿਉਂਦੇ ਰਹੋ ਤੇ ਰੱਬ ਤੁਹਾਨੂੰ ਬਹੁਤ ਲੰਮੀ ਉਮਰ ਦੇਵੇ ਫਿਰ ਦੋਸਤੋ ਪਿੰਡ ਨੰਗਲ ਕਲਾਂ ਦੇ ਗੀਤਕਾਰ ਜਸਵੀਰ ਜੱਸੀ ਨੰਗਲ ਵਾਲੇ ਵੀਰ ਨੇ ਕਮੈਂਟ ਚ ਬਹੁਤ ਵਧੀਆ ਲਾਈਨਾਂ ਲੈ ਕੇ ਭੇਜੀਆਂ ਉਹ ਕਹਿੰਦੇ ਇਸ ਗੱਲ ਦਾ ਸੱਚੀ ਮੈਨੂੰ ਭੋਰਾ ਵੀ ਸ਼ੱਕ ਨਹੀਂ ਕਿ ਕੁੜੀਆਂ ਮੁੰਡਿਆਂ ਨਾਲੋਂ ਭੋਰਾ ਵੀ ਘੱਟ ਨਹੀਂ ਮੈਂ ਸੁਣਿਆ ਰੇਖਾ ਪਣ ਜੀ ਈ ਰੱਖਸ਼ਾ ਚਲਾਉਂਦੀ ਏ ਕਰਮਜੀਤ ਕੰਮੋ ਭੈਣ ਜੀ ਬਹੁਤ ਹੀ ਵਧੀਆ ਗਾਉਂਦੀ ਏ ਇਹੋ ਜੇ ਮਿਹਨਤੀ ਲੋਕਾਂ ਦੇ ਗੁਣ ਜੱਸੀ ਸਦਾਈ ਗਾਉਂਦਾ ਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਦਾਈ ਪੈਰ ਟਿਕਾਉਂਦਾ ਏ ਸਾਰੇ ਹੱਸਦੇ ਵਸਦੇ ਰਹਿਣ ਸਦਾ ਨੰਗੜਾ ਵਾਲਾ ਕਰੇ ਦਵਾਵਾ ਜੀ ਐਸਐਸਵੀ ਐਂਟਰਟੇਨਮੈਂਟ ਦੀ ਟੀਮ ਨੂੰ ਮੈਂ ਵੀ ਸੀਸ ਝੁਕਾਵਾਂ ਜੀ ਧੰਨਵਾਦ ਅਸੀਰ ਵੀਰ ਜੀ ਜਿਉਂਦੇ ਰਹੋ ਤੁਸੀਂ ਸਾਨੂੰ ਬਹੁਤ ਸਤਿਕਾਰ ਦਿੱਤਾ ਰੱਬ ਤੁਹਾਨੂੰ ਲੰਮੀ ਉਮਰ ਦੇਵੇ ਤੇ ਰਤੋਵਾਲ ਪਿੰਡ ਦੀਆਂ ਧੀਆਂ ਬਾਰੇ ਵੀ ਤੁਸੀਂ ਬਹੁਤ ਵਧੀਆ ਲਿਖਿਆ ਜਿਉਂਦੇ ਰਹੋ ਜੀ ਚਲੋ ਦੋਸਤੋ ਹੁਣ ਆਪਾਂ ਤੁਹਾਡੇ ਨਾਂ ਦੱਸ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਰਤੋਵਾਲ ਪਿੰਡ ਤੇ ਕਮੈਂਟ ਕਰਕੇ ਹੱਲਾਸ਼ੇਰੀ ਦਿੱਤੀ ਆ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਜੀ ਗੁੱਜਰ ਸਾਹਿਬ ਪਾਕਿਸਤਾਨ ਤੋਂ ਦਲਜੀਤ ਸਿੰਘ ਜੀ ਸੁਖਪਾਲ ਸਿੰਘ ਸੈਂਡੀ ਜੀ ਗੁਰਵਿੰਦਰ ਸਿੰਘ ਜੀ ਅਮਨਜੋ ਸਿੰਘ ਜੀ ਨੰਗਲਕਲਾ ਪਿੰਡ ਵਾਲੇ ਕਰਨਦੀਪ ਕੌਰ ਜੀ ਕਲਵੰਤ ਸਿੰਘ ਵੀਰ ਜੀ ਗੁਰਮukh ਸਿੰਘ ਜੀ ਪਿੰਡ ਗੋਰਾਹੂਰ ਤੋਂ ਮਨਿੰਦਰ ਸਿੰਘ ਵੀਰ ਜੀ ਚਰਨਜੀਤ ਸਿੰਘ ਚੰਨੀ ਬਾਈ ਇੰਗਲੈਂਡ ਤੋਂ ਸੁਖਮਨ ਲੀਹਾ ਤੋਂ ਹਰਪ੍ਰੀਤ ਥੰਦ ਜੀ ਪਿੰਡ ਮੋਹੀ ਤੋਂ ਗगनਪ੍ਰੀਤ ਢਾਲੀਵਾਲ ਜੀ ਦੀਪ ਕੈਲੇ ਜੀ ਪਿੰਡ ਲੀਹਾ ਤੋਂ ਹਰਦੀਪ ਸਿੰਘ ਡਾਰੀ ਜੀ ਪਿੰਡ ਰਸੂਲਪੁਰ ਤੋਂ ਪ੍ਰਧਾਨ लवली ਢਾਲੀਵਾਲ ਜੀ ਪਿੰਡ ਨੰਗਲ ਕਲਾਂ ਤੋਂ ਮਹਿਕਦੀਪ ਜੀ ਪਿੰਡ ਰਤੋਵਾਲ ਤੋਂ ਬਲਵਿੰਦਰ ਵੀਰ ਜੀ ਸਤਿਅਮ ਕੰਟਰੈਕਟਰ ਵਾਲੇ ਫੇਰ ਸਿੰਘ ਹਾਕਮ ਜੀ ਜਗਦੇਵ ਸਿੰਘ ਸਿੱਧੂ ਏਐਸਆਈ ਸਾਹਿਬ ਪਿੰਡ ਬੁਚਕਰ ਤੋਂ ਜਗਪਾਲ ਸਿੰਘ ਜੀ ਜਸਵੀਰ ਜਸੀ ਨੰਗਲਕਲਾਂ ਵਾਲੇ ਗੀਤਕਾਰ ਵੀਰ ਜੀ ਾਰਮਾਨਪ੍ਰੀਤ ਾਰਮਾਨ ਜੀ ਤਰਨਵਿੰਦਰ ਸਿੰਘ ਥੰਦ ਜੀ ਕੁਲਦੀਪ ਆਸ਼ਾ ਜੀ ਪਿੰਡ ਪੜੈਣ ਤੋਂ ਜਗਵਿੰਦਰ ਸਿੰਘ ਜੀ ਵੀਰ ਆਬਿਦ ਅਲੀ ਸ਼ਾਹ ਜੀ ਪਾਕਿਸਤਾਨ ਤੋਂ ਇਹਨਾਂ ਦਾ ਪਿਛਲਾ ਪਿੰਡ ਨੂਰਪੁਰ ਬੇਟਾ ਲੁਧਿਆਣੇ ਕੋਲੇ ਲੱਖੀ ਸਿੰਘ ਜੀ ਪਰਮਜੀਤ ਸਿੰਘ ਪਰਮਜੀਤ ਜੀ ਹਰਲੀਨ ਫੋਟੋਗ੍ਰਾਫੀ ਰਤੋਵਾਲ ਵਾਲੇ ਲਖਾ ਢਾਲੀਵਾਲ ਜੀ ਮਨਜਿੰਦਰ ਸਿੰਘ ਜੀ ਹਰਪ੍ਰੀਤ ਸਿੰਘ ਜੀ ਗਰਮੀਤ ਸੇੰਭੀ ਜੀ ਹਰਪ੍ਰੀਤ ਸਿਮਕ ਭੈਣ ਜੀ ਜਤਿੰਦਰ ਢਾਲੀਵਾਲ ਜੀ ਅਮਰੀਕ ਤਲਵੰਡੀ ਲਖਾਰੀ ਸਾਹਿਬ ਸਵਰਨ ਸਿੰਘ ਜੀ ਤੇ ਜਸਦੀਪ ਕੌਰ ਭੈਣ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਹਾਂ ਬਸ ਮੇਰੀ ਇੱਕ ਹੀ ਬੇਨਤੀ ਆ ਕਿ ਇਹ ਪ੍ਰੋਗਰਾਮ ਤੁਹਾਡੇ ਲਈ ਹੀ ਬਣਾਉਨੇ ਆ ਅਸੀਂ ਕਿਰਪਾ ਕਰਕੇ ਸਾਡੇ ਸਾਰੇ ਪ੍ਰੋਗਰਾਮ ਦੇਖਿਆ ਕਰੋ ਕੱਲਾ ਆਪ ਦਾ ਪਿੰਡ ਹੀ ਦੇਖ ਕੇ ਨਾ ਠਜਿਆ ਕਰੋ ਸਾਰੇ ਪਿੰਡਾਂ ਦੀਆਂ ਕਹਾਣੀਆਂ ਵੱਖਰੀਆਂ ਵੱਖਰੀਆਂ ਨੇ ਨਾਲੇ ਤੁਹਾਨੂੰ ਘਰ ਬੈਠਿਆਂ ਨੂੰ ਅਸੀਂ ਬਾਕੀ ਪਿੰਡਾਂ ਦੀ ਜਾਣਕਾਰੀ ਜਾਂਦੰਨੇ ਆ ਇਹਦੇ ਨਾਲ ਗਿਆਨ ਦੀ ਵਾਧਾ ਹੁੰਦਾ ਦੇਖ ਲਿਆ ਕਰੋ ਤੇ ਸਾਡਾ ਸਾਥ ਦਿਓ ਜੀ ਤੇ ਆ ਸੋਮਵਾਰ ਤੇ ਮੰਗਲਵਾਰ ਨੂੰ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਮੋਰਕਰੀਮਾ ਵੀ ਜਰੂਰ ਦੇਖਿਓ ਸਾਰਿਆਂ ਨੂੰ ਸਸਰੀਕਾ ਜਿਉਂਦੇ ਵੱਸਦੇ ਰਹੋ ਰੱਬ ਰੱਖਾ ਦੋਸਤੋ